ਤੇ ਅੱਜ 12 ਸਤੰਬਰ ਹੈ ਅੱਜ ਤਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਮਨਾਉਣਗੇ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਵੱਲੋਂ ਉਪਰਾਲਾ ਕੀਤਾ ਗਿਆ ਸਾਨੂੰ ਬਹੁਤ ਚੰਗਾ ਲੱਗਾ ਵੀ ਅਸੀਂ ਜਿਹੜਾ ਇਤਿਹਾਸ ਹੈ ਇਹ ਲੋਕਾਂ ਦੇ ਰੂਬਰੂ ਕੀਤਾ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਕਿਉਂਕਿ ਇਹ ਜਿਹੜਾ ਇਤਿਹਾਸ ਹੈ ਸਾਡਾ ਤਾਰਾਗੜੀ ਦਾ ਬਹੁਤ ਕੀਮਤੀ ਸਾਡਾ ਇਤਿਹਾਸ ਚਲੋ ਅਸੀਂ ਸਾਡਾ ਜਿੰਨਾ ਕੁ ਯੋਗਦਾਨ ਕਰਨ ਦਾ ਯਤਨ ਕੀਤਾ ਅਸੀਂ ਉਮੀਦ ਹੈ ਵੀ ਅਸੀਂ ਇਸ 'ਚ ਕਾਮਯਾਬ ਹੋਏ ਹਾਂ ਅਗਲੇ ਸਾਲ ਜਦੋਂ ਫਿਰ ਦਿਨ ਹੋਏਗਾ ਕੋਸ਼ਿਸ਼ ਕਰਾਂਗੇ ਵੀ ਕੋਈ ਇਸ ਤਰ੍ਹਾਂ ਦਾ ਫਿਰ ਪ੍ਰੋਗਰਾਮ ਕੀਤਾ ਜਾਵੇ ਅੱਜ ਇਸ ਮੌਕੇ 'ਤੇ ਕੁੰਵਰ ਵਿਜੇ ਪ੍ਰਤਾਪ ਸਿੰਘ MLA ਉਚੇਚੇ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਸੰਬੰਧਿਤ ਜਿਹੜੇ ਪਰਿਵਾਰ ਨੇ ਇਹਨਾਂ ਦੇ ਭਾਈ ਰਣਜੀਤ ਸਿੰਘ ਉਹਨਾਂ ਦਾ ਪਰਿਵਾਰ ਆਇਆ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹਦਾ ਕਿ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਅੱਜ ਫਿਰੋਜ਼ਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਕੁਝ ਪਰਿਵਾਰ ਉੱਧਰ ਸ਼ਿਫਟ ਹੋ ਗਏ ਲੇਕਿਨ ਇਹ ਸਾਰੇ ਪਰਿਵਾਰ ਹਰ ਸਾਲ ਇੱਥੇ ਤਾਰਾਗੜੀ ਦਾ ਦਿਨ ਮਨਾਉਣ ਉਚੇਚੇ ਤੌਰ 'ਤੇ ਜਲੰਧਰ ਤੋਂ ਆਉਂਦੇ ਹਨ ਅਤੇ ਇਹਨਾਂ ਪਰਿਵਾਰਾਂ ਦੀਆਂ ਭਾਵਨਾਵਾਂ ਇਹਨਾਂ ਇਸ ਗੱਲਾਂ ਨਾਲ ਜੁੜੀਆਂ ਹੋਈਆਂ ਨੇ ਚਲੋ ਚੌਥੀ ਪੀੜ੍ਹੀ ਕਹਿੰਦੇ ਆ ਅਸੀਂ ਚੌਥੀ ਪੀੜ੍ਹੀ 'ਚੋਂ ਹਾਂ ਪਰ ਉਹ ਸਾਰੇ ਪਰਿਵਾਰ ਆਪਣੇ ਸਾਰੇ ਮੈਂਬਰਾਂ ਸਣੇ ਇੱਥੇ ਪਹੁੰਚਣ ਲਈ ਯਤਨਸ਼ੀਲ ਰਹਿੰਦੇ ਆ ਉਹ ਜਿਹੜੇ ਨਵੇਂ ਨਵੇਂ ਕਲਮ ਚਲਾ ਰਹੇ ਨੇ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਹੁੰਦਾ ਜਿਹਦੇ ਕਰਕੇ ਉਹ ਇਤਿਹਾਸ ਜਿਹੜਾ ਨਾ ਰਲਡ ਗਲਡ ਹੋਣ ਦਾ ਯਤਨ ਕਰਦਾ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੁੰਦਾ ਉਹ ਇਤਿਹਾਸ ਨੂੰ ਪੜ੍ਹਦੇ ਆ ਅਤੇ ਉਹ ਫਿਰ ਜਦੋਂ ਇਹੋ ਜਿਹੀ ਕੋਈ ਚੀਜ਼ ਲਿਖੀ ਜਾਂਦੀ ਆ ਤਾਂ ਉੱਥੇ ਕਿੰਤੂ ਪ੍ਰੰਤੂ ਹੁੰਦਾ ਪਰ ਇਹ ਹੈ ਵੀ ਜਿਹੜਾ ਵੀ ਕਲਮ ਚਲਾਉਂਦਾ ਅਸੀਂ ਕਹਿੰਦੇ ਹਾਂ ਵੀ ਕਲਮ ਚਲਾਉਣ ਦਾ ਹੱਕ ਸਾਰਿਆਂ ਨੂੰ ਹੈ ਪਰ ਉਹ ਇਤਿਹਾਸ ਜ਼ਰੂਰ ਪੜ੍ਹ ਵੀ ਇਤਿਹਾਸ ਕੀ ਆ ਉਹਨੂੰ ਤੋੜ ਮਰੋੜਿਆ ਨਾ ਜਾਵੇ